ਆਪ ਸਭ ਨੂੰ ਮਨ ਅਰੋੜਾ ਦੀ ਤਰਫ ਤੋਂ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੈਸਾ ਕਿ ਆਪ ਸਭ ਲੋਕ ਜਾਣਤੇ ਹੈ ਕਿ ਭਾਰਤ ਵਰਸ਼ ਮੇਂ ਇਸ ਵਕਤ ਲੋਕਤੰਤਰ ਕਾ ਜੋ ਸਭਸੇ ਬੜਾ ਪਰਵ ਹੈ ਵੋ ਮਨਾਇਆ ਜਾ ਰਹਾ ਹੈ, ਲੋਕ ਸਭਾ ਚੁਣਾਵ 2024 ਕੇ ਰੂਪ ਮੇਂ। ਪੰਜਾਬ ਮੇਂ 1 ਜੂਨ 7ਵੇਂ ਚਰਨ ਮੇਂ ਸਭੀ ਕੇ ਸਭੀ 13 ਲੋਕ ਸਭਾ ਹਲਕੋ ਮੇਂ ਚੁਣਾਵ ਹੋਣੇ ਜਾ ਰਹਾ ਹੈ। ਜੈਸੇ ਜੈਸੇ ਚੁਣਾਵ ਕੀ ਤਾਰੀਖ ਨਜ਼ਦੀਕ ਆਤੀ ਜਾ ਰਹੀ ਹੈ, ਸਭੀ ਪਾਰਟੀਓ ਕੇ ਚੁਣਾਵ ਪ੍ਰਚਾਰ ਮੇਂ ਭਰਪੂਰ ਬਲ ਆਤਾ ਜਾ ਰਹਾ ਹੈ। ਇਨ 13 ਲੋਕ ਸਭਾ ਹਲਕੋ ਮੇਂ ਇੱਕ ਹੁਸ਼ਿਆਰਪੁਰ ਲੋਕ ਸਭਾ ਹਲਕਾ ਵੀ ਪੰਜਾਬ ਮੇਂ ਮਾਨਾ ਗਿਆ ਹੈ। ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਨੇ ਡਾਕਟਰ ਰਾਜ ਕੁਮਾਰ ਚੱਬੇਵਾਲ ਜੀ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਉਨ੍ਹਾਂ ਚੁਣਾਵ ਪ੍ਰਚਾਰ ਵੀ ਪੂਰੇ ਜ਼ੋਰੋਂ ਸ਼ੋਰੋਂ ਸੇ ਚੱਲ ਰਿਹਾ ਹੈ। ਪੰਜਾਬ ਕੇ ਚੀਫ ਮਿਨਿਸਟਰ ਸਰਦਾਰ ਭਗਵੰਤ ਸਿੰਘ ਮਾਨ ਆਜ ਉਨਕੇ ਚੁਣਾਵ ਪ੍ਰਚਾਰ ਕੇ ਲੀਏ ਇੱਕ ਰੋਡ ਸ਼ੋਅ ਨਿਕਾਲਾ। ਯੇ ਰੋਡ ਸ਼ੋਅ ਫਗਵਾੜਾ ਸ਼ਹਿਰ ਮੇਂ ਸੇ ਨਿਕਾਲਾ ਗਿਆ ਹੈ, ਜੋ ਕਿ ਹੁਸ਼ਿਆਰਪੁਰ ਹਲਕੇ ਮੇਂ ਹੀ ਆਤਾ ਹੈ। ਫਗਵਾੜਾ ਮੇਂ ਇਸ ਰੋਡ ਸ਼ੋਅ ਕੀ ਸ਼ੁਰੂਆਤ ਗੋਲ ਚੌਂਕ GT ਰੋਡ ਸੇ ਕੀ ਗਈ, ਜੋ ਕਿ ਰੇਲਵੇ ਰੋਡ ਸੇ ਹੋਤਾ ਹੁਆ ਛਟਕਈਆਂ ਚੌਂਕ ਪਹੁੰਚਾ, ਫਿਰ ਗਾਂਧੀ ਚੌਂਕ ਪਹੁੰਚਾ, ਗਾਂਧੀ ਚੌਂਕ ਸੇ ਇਹ ਮੰਡੀ ਰੋਡ ਕੀ ਤਰਫ ਆਇਆ, ਮੰਡੀ ਰੋਡ ਸੇ ਘੁੰਮਤਾ ਹੁਆ, ਫਿਰ ਇਸਕੀ ਸਮਾਪਤੀ ਗੋਲ ਚੌਂਕ ਪੇ ਜਾ ਕੇ ਹੀ ਹੋਈ। ਜੈਸਾ ਕਿ ਆਪ ਇਨ ਤਸਵੀਰੋਂ ਸੇ ਦੇਖ ਪਾ ਰਹੇ ਹੈ ਕਿ ਆਮ ਆਦਮੀ ਪਾਰਟੀ ਕੇ ਹਜ਼ਾਰੋਂ ਵਰਕਰਸ ਨੇ ਇਸ ਰੋਡ ਸ਼ੋਅ ਮੇਂ ਹਿੱਸਾ ਲਿਆ, ਔਰ ਆਮ ਆਦਮੀ ਵੀ ਇਸ ਰੋਡ ਸ਼ੋਅ ਮੇਂ ਭਾਰੀ ਮਾਤਰਾ ਮੇਂ ਮੌਜੂਦ ਰਹੇ, ਔਰ ਦੁਕਾਨਦਾਰਾਂ ਨੇ ਵੀ ਭਾਰੀ ਮਾਤਰਾ ਮੇਂ ਇਸ ਰੋਡ ਸ਼ੋਅ ਮੇਂ ਹਿੱਸਾ ਲਿਆ। ਦੁਕਾਨਦਾਰਾਂ ਨੇ ਤੋ ਫੁੱਲੋਂ ਕੀ ਵਰਸਾ ਕਰਕੇ ਸਰਦਾਰ ਭਗਵੰਤ ਸਿੰਘ ਮਾਨ ਕਾ ਸਵਾਗਤ ਕੀਆ, ਔਰ ਸਰਦਾਰ ਭਗਵੰਤ ਸਿੰਘ ਮਾਨ ਨੇ ਵੀ ਸ਼ੁਕਰੀਆ ਅਦਾ ਕੀਆ, ਔਰ ਕਿਹਾ ਕਿ ਫਗਵਾੜਾ ਸ਼ਹਿਰ ਕੋ ਆਨੇ ਵਾਲੇ ਸਮੇਂ ਮੇਂ ਡਿਸਟ੍ਰਿਕਟ ਕੀ ਉਪਾਧੀ ਦੀ ਜਾਏਗੀ। ਹਮ ਆਪਕੋ ਸਰਦਾਰ ਭਗਵੰਤ ਸਿੰਘ ਮਾਨ ਜੀ ਕੀ ਵੀ ਬਾਈਟ ਸੁਣਾਏਗੇ ਔਰ ਉਨਕਾ ਐਲਾਨ ਸੁਣਾਏਗੇ, ਔਰ ਸਾਥ ਮੇਂ ਇਸ ਰੋਡ ਸ਼ੋਅ ਕੀ ਵੀ ਤਸਵੀਰੇ ਦਿਖਾਣੇ ਜਾ ਰਹੇ ਹੈ। ਆਪ ਜੁੜੇ ਰਹੀਏ ਹਮਾਰੇ ਸਾਥ ਔਰ ਇਨ ਤਸਵੀਰੋਂ ਸੇ ਜਾਣੀਏ ਇਸ ਰੋਡ ਸ਼ੋਅ ਕੀ ਸਫਲਤਾ ਕਾ ਰਾਜ। ਇਨਕਲਾਬ ਇਨਕਲਾਬ ਭਾਰਤ ਮਾਤਾ ਕੀ ਬੋਲੇ ਸੋਨਿਆ। ਫਗਵਾੜੇ ਵਾਲਿਓ, ਅੱਜ ਤੁਹਾਡਾ ਜੋਸ਼ ਅਤੇ ਤੁਹਾਡਾ ਜਨੂੰਨ ਦੇਖ ਕੇ ਬਹੁਤ ਦਿਲ ਨੂੰ ਸਕੂਨ ਮਿਲਿਆ। ਥਕਾਵਟਾਂ ਲੈ ਗਈਆਂ ਕਿ ਜਿੰਨਾ ਪਿਆਰ ਤੁਸੀਂ ਕਰ ਰਹੇ ਹੋ ਮਕਾਨਾਂ 'ਚੋਂ ਨਿਕਲ ਕੇ, ਦੁਕਾਨਾਂ 'ਚੋਂ ਨਿਕਲ ਕੇ, ਔਰ ਜਿਸ ਤਰੀਕੇ ਨਾਲ ਤੁਸੀਂ ਆ ਗੱਡੀ ਜਿਹੜੀ ਹੈ ਉਹ ਫੁੱਲਾਂ ਨਾਲ ਭਰੀ ਹੈ, ਫੁੱਲ ਨਹੀਂ ਹੈਗੇ, ਇਹ ਤੁਹਾਡੇ ਪਿਆਰ ਦੀ ਇੱਕ ਐਸੀ ਨਿਸ਼ਾਨੀ ਹੈ ਜਿਹਦਾ ਦੁਨੀਆਂ ਦੀ ਕਿਸੇ ਕਰੰਸੀ 'ਚ ਕੋਈ ਮੁੱਲ ਨਹੀਂ ਹੈਗਾ। ਮੈਂ ਜਦੋਂ ਸ਼ਾਮ ਨੂੰ ਜਿੱਥੇ ਵੀ ਮੈਂ ਰਹਿਣਾ ਹੁੰਦਾ, ਮੈਂ ਜਦੋਂ ਉੱਥੇ ਜਾਂਦਾ ਤਾਂ ਮੇਰੀ ਪੱਗ ਦੇ ਵਿੱਚੋਂ ਜਿਹੜੇ ਫੁੱਲ, ਜਦੋਂ ਮੈਂ ਪੱਗ ਉਤਾਰਦਾ ਤਾਂ ਜਿਹੜੇ ਫੁੱਲ ਨੇ ਮੈਂ ਉਹ ਇੱਕ ਲਿਫਾਫੇ 'ਚ ਪਾ ਲੈਂਦਾ, ਉਹ ਉਸ ਸ਼ਹਿਰ ਦੀ ਨਿਸ਼ਾਨੀ ਹੋ ਜਾਂਦੀ ਹੈ ਮੇਰੇ ਕੋਲ। ਅਤੇ ਕਿ ਇੰਨਾ ਪਿਆਰ, ਇੰਨਾ ਸਤਿਕਾਰ, ਇੰਨਾ ਮਾਨ ਸਨਮਾਨ, ਪਰਮਾਤਮਾ ਅੱਗੇ ਅਰਦਾਸ ਕਰਦਾ, ਪਰਮਾਤਮਾ ਜਿੰਨੀ ਇੱਜ਼ਤ ਬਖਸ਼ੀ ਹੈ ਇਦੂ ਭਾਵੇਂ, ਹਾਂਜੀ ਹਾਂਜੀ ਬਿਲ ਨਹੀਂ ਯਾਰ ਬਿਲਕੁਲ, ਪਰਮਾਤਮਾ ਅੱਗੇ ਇਹੀ ਕਹਿਣਾ ਕਿ ਪਰਮਾਤਮਾ ਜਿੰਨੀ ਇੱਜ਼ਤ ਬਖਸ਼ੀ ਹੈ ਉਹਨੀ ਬਣਾ ਕੇ ਰੱਖੀ, ਸਮਤ ਬਖਸ਼ੀ, ਭਾਵੇਂ ਵਧਾਈ ਨਾ ਪਰ ਇਦੂ ਘਟਣ ਨਾ ਦੇਈ। ਜਿੰਨਾ ਪਿਆਰ ਮਿਲ ਰਿਹਾ ਇਹਦਾ ਤਾਂ ਕਈ ਜਨਮ ਤੱਕ ਮੈਂ ਕਰਜ਼ਾ ਤਾਰ ਹੀ ਨਹੀਂ ਸਕਦਾ। ਸੋ ਹੁਣ ਮੈਂ ਹਰੇਕ ਥਾਵੇਂ ਜਾ ਕੇ 15 ਤੋਂ 20 ਸਕਿੰਟ ਮੈਂ ਲੋਕਾਂ ਨੂੰ ਦਿੰਦਾ, ਮਾਈਕ ਮੈਂ ਉਹਨਾਂ ਵੱਲ ਕਰ ਦਿੰਦਾ
ਕਿ ਨਾਰਾ ਲਾਉਣਾ ਨਾਰਾ ਲਾ ਲਓ, ਪੜਾਸ ਕੱਢ ਲਓ। ਕਈ ਪੀੜ੍ਹੀਆਂ ਦੀ ਪੜਾਸ ਅੰਦਰ ਭਰੀ ਪਈ ਹੈ। ਸਾਡਾ ਬਚਪਨ ਖਾ ਗਏ, ਸਾਡੀ ਜਵਾਨੀ ਖਾ ਗਏ, ਸਾਡਾ ਬੁਢਾਪਾ ਖਾ ਗਏ। ਇਹਨਾਂ ਨੇ ਤਾਂ ਸਾਨੂੰ ਲੁੱਟਣ ਤੋਂ ਬਿਨਾਂ ਹੋਰ ਕੋਈ ਕੰਮ ਹੀ ਨਹੀਂ ਕੀਤਾ। ਤਾਂ ਹੁਣ ਦਿਲ ਦੇ ਵਿੱਚ ਇੱਕ ਪੜਾਸ ਭਰੀ ਪਈ ਹੈ ਕਿ ਕਦੋਂ 1 ਜੂਨ ਆਵੇ, ਝਾੜੂ ਵਾਲਾ ਬਟਨ ਦੱਬ ਕੇ ਅਸੀਂ ਆਪਣੇ ਆਪਣੇ ਪੁੱਤ, ਆਪਣੇ ਛੋਟੇ ਵੱਡੇ ਭਾਈ ਨੂੰ ਮਜ਼ਬੂਤ ਕਰਕੇ ਬਿਨਾਂ ਟੈਨਸ਼ਨ ਤੋਂ ਕੰਮ ਕਰਨ ਦਾ ਮੌਕਾ। 4 ਜੂਨ ਨੂੰ ਜਦੋਂ ਰਿਜ਼ਲਟ ਆ ਗਿਆ ਤਾਂ ਉਹ ਤੋਂ ਬਾਅਦ ਸੋਨੇ ਦੀ ਚਿੜੀ ਪੰਜਾਬ ਨਾ ਬਣਿਆ ਤਾਂ ਮੈਨੂੰ ਨੀਵੇਂ ਥਾਵੇਂ ਬਿਠਾ ਲਿਓ। ਪਹਿਲਾਂ ਇਹਨਾਂ ਦੇ ਮੂੰਹ ਬੰਦ ਕਰੋ। ਆਹ ਜਿਹੜੇ ਬਕਵਾਸ ਕਰਦੇ ਫਿਰਦੇ ਆ, ਨਿੱਜੀ ਹਮਲੇ ਕਰਦੇ ਫਿਰਦੇ ਆ, ਇਹਨਾਂ ਨੂੰ ਜਿਹਨਾਂ ਨੂੰ ਇਹ ਡਰ ਹੋ ਗਿਆ, ਇਹ ਚਿੰਤਾ ਹੋ ਗਈ ਕਿ ਆਮ ਘਰਾਂ ਦੇ ਧੀਆਂ ਪੁੱਤ ਮੁੱਖ ਮੰਤਰੀ, ਮੰਤਰੀ, MLA ਕਿਉਂ ਬਣ ਗਏ? ਇਹ ਤਾਂ ਸਾਡੇ ਧੀਆਂ ਪੁੱਤ ਬਹਿੰਦੇ ਹੁੰਦੇ ਸੀ। ਸੋ ਹੁਣ ਜੋ ਬੋਲੀ ਜਾਂਦੇ ਆ, ਹਰ ਰੋਜ਼ ਕਿਸੇ ਨਾ ਕਿਸੇ ਨੂੰ ਮਾਫ਼ੀ ਮੰਗਣੀ ਪੈਂਦੀ ਹੈ। ਵੀਰੋ, ਆਹ ਜਿਹੜਾ ਪਿਆਰ ਹੈ ਇਹਦੀ ਕੋਈ ਕੀਮਤ ਨਹੀਂ। ਵੀਰੋ, ਇੱਕ ਪਾਸੇ ਤਾਂ ਫੁੱਲ ਨੇ, ਮਾਮਾ ਸਿਰ ਪੜੋਸਦੀਆਂ ਨੇ, ਮੇਰਾ ਭੈਣਾਂ ਦੁਆਵਾਂ ਦਿੰਦੀਆਂ, ਨੌਜਵਾਨ ਵੀਰ ਮੋਢੇ 'ਤੇ ਹੱਥ ਰੱਖ ਕੇ ਸੈਲਫੀਆਂ ਕਰਾਉਂਦੇ ਆ, ਬੱਚਿਆਂ ਨੂੰ ਆਪਣੇ ਨੂੰ ਲੈ ਕੇ ਆ ਕੇ ਮੈਨੂੰ ਕਹਿੰਦੇ ਬੱਚੇ ਨਾਲ ਹੱਥ ਮਿਲਾ ਲਓ। ਵੀਰੋ, ਇੱਕ ਪਾਸੇ ਤਾਂ ਪਿਆਰ ਹੈ, ਦੂਜੇ ਪਾਸੇ ਅਕਾਲੀ, ਭਾਜਪਾ ਅਤੇ ਕਾਂਗਰਸੀ ਲੀਡਰ ਹੈ, ਉਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਅਦ 'ਚ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ, ਪੂਰੀਆਂ ਨੇ ਜਾਂ ਲੈ ਗਏ ਇੱਕ ਅੱਧੀ। ਉਹਨਾਂ ਦੀ ਆਹ ਹਾਲਤ ਹੈ, ਉਹਨਾਂ ਨੇ ਆਪਦੇ ਪਰਿਵਾਰ ਤੋਂ ਬਿਨਾਂ ਹੋਰ ਕੋਈ ਸੋਚਿਆ ਹੀ ਨਹੀਂ। ਸੋ ਵੀਰੋ, ਹੁਣ ਵਪਾਰ ਵੀ ਵੱਧ ਰਿਹਾ, ਦੁਕਾਨਦਾਰ ਵੀ ਵੱਧ ਰਿਹਾ, ਮਜ਼ਦੂਰ ਨੂੰ ਮਜ਼ਦੂਰੀ ਸਮੇਂ ਸਿਰ ਉਹਦਾ ਪਸੀਨਾ ਸੁੱਕਣ ਤੋਂ ਪਹਿਲਾਂ ਮਿਲ ਜੇ, ਕਿਸਾਨਾਂ ਨੂੰ ਫਸਲਾਂ ਦੇ ਭਾਅ ਮਿਲ ਜਾਣ। ਵੀਰੋ, 43,000 ਨੌਕਰੀਆਂ ਦੇਤੀਆਂ, 1 ਰੁਪਈਏ ਦਾ ਵੀ ਕੋਈ 1 ਰੁਪਈਏ ਦਾ ਇਲਜ਼ਾਮ ਲਾ ਕੇ ਦਿਖਾ ਦੇ ਭਗਵੰਤ ਮਾਨ ਤੇ 2.25 ਸਾਲ 'ਚ, ਕਿ 1 ਰੁਪਈਆ ਵੀ ਕਿਤੇ ਇੱਧਰ ਉੱਧਰ ਕਰਤਾ ਨਾ। ਮੇਰੇ ਕੋਲ ਵਪਾਰੀ ਆਉਂਦੇ ਆ, ਮੈਨੂੰ ਕਹਿੰਦੇ ਆ ਅਸੀਂ ਇੰਨੇ ਯੂਨਿਟ ਦੀ ਪਰਮਿਸ਼ਨ ਲੈਣੀ ਹੈ, 400 ਮੁੰਡੇ ਕੁੜੀਆਂ ਨੂੰ ਕੰਮ ਦੇਵਾਂਗੇ। ਮੈਂ ਕਿਹਾ ਨਹੀਂ, ਮੈਂ ਤੁਹਾਨੂੰ 2 ਦੀ ਜਗ੍ਹਾ 4 ਯੂਨਿਟਾਂ ਦੀ ਪਰਮਿਸ਼ਨ ਦੇਊਂਗਾ, ਪਰ 1,000 ਮੁੰਡੇ ਕੁੜੀਆਂ ਨੂੰ ਕੰਮ ਦਿਓ, ਮੇਰੇ ਨੌਜਵਾਨ ਮੁੰਡੇ ਕੁੜੀਆਂ ਨੂੰ। ਕਹਿੰਦੇ ਵਪਾਰੀ, ਕਹਿੰਦੇ ਇਦੋਂ ਪਹਿਲਾਂ ਅਸੀਂ ਕਿਸੇ ਪਰਿਵਾਰ ਨੂੰ ਮਿਲਣ ਆਉਂਦੇ ਸੀ, ਇੱਕ ਪਰਿਵਾਰ ਨਾਲ ਸਮਝੌਤਾ ਕਰਦੇ ਸੀ ਕਿ ਤੁਹਾਨੂੰ ਇੰਨੇ ਦੇ ਦਿਆ ਕਰਾਂਗੇ। ਉਹ ਕਹਿੰਦੇ ਹੁਣ ਜਦੋਂ ਮੁੱਖ ਮੰਤਰੀ ਦੇ ਘਰੇ ਆਉਂਦੇ ਹਾਂ, ਹੁਣ ਪੰਜਾਬ ਨੂੰ ਮਿਲਣ ਆਉਂਦੇ ਹਾਂ, ਹੁਣ ਪੰਜਾਬ ਨਾਲ ਸਮਝੌਤਾ ਕਰਨ ਆਉਂਦੇ ਹਾਂ, ਕਿਉਂਕਿ ਪੰਜਾਬ ਮੇਰਾ ਪਰਿਵਾਰ ਹੈ, ਪੰਜਾਬ ਮੇਰਾ ਪਰਿਵਾਰ ਹੈ। ਲੈ 15 ਤੋਂ 20 ਸਕਿੰਟ ਆਪਕਾ ਸਮੇਂ ਸ਼ੁਰੂ ਹੋਤਾ ਹੈ ਅਬ, ਜੋ ਚੀਕਾਂ ਮਾਰਨੀਆਂ ਨਾਰੇ ਲਾਉਣੇ ਲਾ ਲਓ। ਜੀ ਜੀ, ਜੋ ਕਹੋਗੇ, ਜੋ ਲੋਕ ਕਹਿਣਗੇ ਉਸ ਹਿਸਾਬ ਨਾਲ ਚੱਲਾਂਗੇ, ਕਿਉਂਕਿ ਸਰਕਾਰਾਂ ਲੋਕ ਬਣਾਉਂਦੇ ਆ, ਔਰ ਸਰਕਾਰਾਂ ਲੋਕਾਂ ਵਾਸਤੇ ਹੁੰਦੀਆਂ ਨੇ, ਸਰਕਾਰਾਂ ਲੋਕਾਂ ਨੂੰ ਤੰਗ ਕਰਨ ਵਾਸਤੇ ਨਹੀਂ ਹੁੰਦੀਆਂ, ਸਰਕਾਰਾਂ ਲੋਕਾਂ ਦੇ ਬਿਜ਼ਨਸ ਠੱਪ ਕਰਨ ਵਾਸਤੇ ਨਹੀਂ ਹੁੰਦੀਆਂ, ਸਰਕਾਰਾਂ ਲੋਕਾਂ ਦੇ ਚੁੱਲ੍ਹਿਆਂ 'ਚ ਅੱਗ ਬਚਾਉਣ ਵਾਸਤੇ, ਅੱਗ ਜਿਹੜੀ ਹੈ ਉਹਨੂੰ ਮਚਾਉਣ ਵਾਸਤੇ, ਅੱਗ ਨੂੰ ਜਲਦੀ ਬਲਦੀ ਰੱਖਣ ਵਾਸਤੇ ਹੁੰਦੀਆਂ ਨੇ, ਸਰਕਾਰਾਂ ਚੁੱਲ੍ਹਿਆਂ ਦੀ ਅੱਗ ਬੁਝਾਉਂਦੀਆਂ ਨਹੀਂ ਹੁੰਦੀਆਂ। ਬਦਕਿਸਮਤੀ ਨਾਲ ਇਦੋਂ ਪਹਿਲਾਂ ਵਾਲੀਆਂ ਸਰਕਾਰਾਂ ਨੇ ਆਪਣੇ ਚੁੱਲ੍ਹਿਆਂ ਦੀ ਅੱਗ ਬੁਝਾਈ ਹੈ,
ਵੀਰੋ ਅਕਾਲੀ ਮੇਅ ਡੇ ਸੀ, ਮਜ਼ਦੂਰ ਦਿਵਸ ਸੀ। ਮੈਂ ਖੁਦ ਸਨਾਮ ਕਾਲਜ ਤੋਂ ਕੰਮੀਆਂ ਦਾ ਵਿਹੜਾ ਸੰਤ ਰਾਮ ਉਦਾਸੀ ਦੀਆਂ ਕਵਿਤਾਵਾਂ ਗਾ ਗਾ ਕੇ ਮੈਂ ਫਸਟ ਆਉਂਦਾ ਰਿਹਾ, ਮੈਂ ਗੋਲਡ ਮੈਡਲ ਜਿੱਤਦਾ ਰਿਹਾ। ਕੀ ਪਤਾ ਸੀ ਪਰਮਾਤਮਾ ਨੇ ਇਸ ਲੈਵਲ 'ਤੇ ਜਾ ਕੇ ਆ ਜ਼ਿੰਮੇਵਾਰੀਆਂ ਦੇੜੀਆਂ ਨੇ। ਸੋ ਪਰਮਾਤਮਾ ਆਪੇ ਲਿਖੀ ਬੈਠਾ, ਜਿਹੜਾ ਚੁੰਝ ਦਿੰਦਾ ਉਹ ਚੋਗਾ ਵੀ ਦਿੰਦਾ, ਜਿਹੜਾ ਜ਼ਿੰਮੇਵਾਰੀ ਦਿੰਦਾ ਉਹ ਹੌਂਸਲਾ ਵੀ ਦਿੰਦਾ। ਮੈਨੂੰ ਪੱਤਰਕਾਰ ਕਹਿੰਦੇ, ਜਿਹੜੀ ਕੁਰਸੀ 'ਤੇ ਤੁਸੀਂ ਬੈਠੇ ਹੋ, ਇਸ ਕੁਰਸੀ 'ਤੇ ਬਹਿ ਕੇ ਵੱਡੇ ਵੱਡਿਆਂ ਦੇ ਦਿਮਾਗ ਖਰਾਬ ਹੋ ਜਾਂਦੇ ਆ, ਤੁਹਾਡਾ ਦਿਮਾਗ ਕਿਉਂ ਨਹੀਂ ਖਰਾਬ ਹੋਇਆ? ਮੈਂ ਕਿਹਾ ਫਰਕ ਇੰਨਾ ਕੁ ਹੈ, ਜਿਹੜੇ ਪਹਿਲਾਂ ਵਾਲੇ ਸੀ ਉਹ ਕੁਰਸੀ 'ਤੇ ਬਹਿ ਕੇ ਮਸ਼ਹੂਰ ਹੁੰਦੇ ਸੀ, ਮੈਂ ਮਸ਼ਹੂਰ ਹੋ ਕੇ ਕੁਰਸੀ 'ਤੇ ਬੈਠਿਆ, ਆਹ ਫਰਕ ਆ ਬਸ। ਕਿਉਂਕਿ ਮੈਨੂੰ ਤੁਸੀਂ ਦੌਲਤਾਂ ਸ਼ੋਹਰਤਾਂ ਦੀਆਂ ਬੁਲੰਦੀਆਂ ਤਾਂ 17-18 ਸਾਲ ਦੀ ਉਮਰ 'ਚ ਹੀ ਦਿਖਾਤੀਆਂ ਸੀ, ਉਹ ਤਾਂ ਨਿਮੇੜਿਆ ਹੈ ਕੰਮ। ਮੈਨੂੰ ਕੋਈ ਚਾਹ ਨਹੀਂ ਕਿ ਮੇਰਾ ਅਖਬਾਰ 'ਚ ਨਾਮ ਛਪੇ, ਮੈਨੂੰ ਕੋਈ ਚਾਹ ਨਹੀਂ ਮੇਰੀ ਟੀਵੀ 'ਤੇ ਫੋਟੋ ਆਵੇ, ਮੈਨੂੰ ਸਿਰਫ ਇੱਕੋ ਹੀ ਚਾਹ ਹੈ, ਮੇਰੇ ਪੰਜਾਬ ਨੂੰ ਨਜ਼ਰ ਨਾ ਲੱਗੇ, ਮੇਰਾ ਪੰਜਾਬ ਉਹੀ ਕੁਸ਼ਤੀਆਂ ਛਿੰਝਾਂ ਗਿੱਧਿਆਂ ਭੰਗੜਿਆਂ ਵਾਲਾ ਪੰਜਾਬ ਬਣ ਜਾਏ। ਸੁਰਜੀਤ ਪਾਤਰ ਨੇ ਲਿਖਿਆ, ਕੀ ਹੋਇਆ ਜੇ ਪੱਥ ਚੜਾਈ, ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ, ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾਂ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ। ਵੀਰੋ ਫੁੱਲਾਂ ਜੋਗੀ ਜ਼ਮੀਨ ਰੱਖਿਓ, ਕਲਮੇ ਲੱਭਾਂਗੇ ਇਸੇ ਧਰਤੀ 'ਤੇ, ਗਿੱਧੇ ਭੰਗੜੇ ਪੈਂਦੇ ਦੇਖਿਓ। ਆਪਾਂ ਬਾਹਰ ਜਾਣ ਦਾ ਸਿਸਟਮ ਹੀ ਬੰਦ ਕਰ ਦੇਣਾ, ਕਿਉਂ ਜਾਈਏ ਆਪਣੀ ਧਰਤੀ ਛੱਡ ਕੇ, ਉੱਥੇ ਜਾ ਕੇ ਵੀ ਤਾਂ ਧੱਕੇ ਖਾਈ ਜਾਂਦੇ ਹਾਂ। ਬਹੁਤ ਸਾਰੇ ਮੁੰਡੇ ਕੁੜੀਆਂ ਵਾਪਸ ਆਉਣ ਲੱਗ ਗਏ, ਮੈਨੂੰ ਰੋਜ਼ ਫੋਨ ਆਉਂਦੇ ਨੇ, ਅਸੀਂ ਆ ਗਏ ਜੀ, ਮੈਨੂੰ ਰੋਜ਼ ਫੋਨ ਆਉਂਦੇ ਨੇ, ਸਾਨੂੰ ਨੌਕਰੀ ਮਿਲ ਗਈ, ਅਸੀਂ ਜਾਣ ਦਾ ਪ੍ਰੋਗਰਾਮ ਕੈਂਸਲ ਕਰਤਾ ਜੀ। ਸੋ ਵੀਰੋ ਇਹ ਤੁਹਾਡੇ ਪਿਆਰ ਕਰਕੇ ਹੈ, ਤੁਹਾਡੇ ਬਿਨਾਂ ਕੁਛ ਨਹੀਂ ਹੋ ਸਕਦਾ। ਇਸ ਵਾਰ 13-0 ਕਰ ਦਿਓ, ਮੇਰੇ 'ਤੇ ਜ਼ਿੰਮੇਵਾਰੀ ਵਾਲੀ ਜਿਹੜੀ ਹੈ ਉਹ ਭਾਰ ਤਾਂ ਵਧੂਗਾ, ਪਰ ਇੱਕ ਭਾਰ ਘਟੂਗਾ ਵੀ ਕਿ ਤੁਸੀਂ ਮੇਰੇ 2 ਸਾਲਾਂ ਦੇ ਕੰਮਾਂ 'ਤੇ ਮੋਹਰ ਲਾ ਤੀ, ਇਹਦਾ ਮਤਲਬ ਤੁਸੀਂ ਮੇਰੇ ਕੰਮਾਂ ਨੂੰ ਐਪਰੀਸ਼ੀਏਟ ਕਰ ਰਹੇ ਹੋ। ਮੈਂ ਦੁੱਗਣੇ ਉਤਸ਼ਾਹ ਨਾਲ ਕੰਮ ਕਰੂੰਗਾ। ਜਿਹੜੀ ਕੰਪਨੀ ਦੀ ਟੀ ਸ਼ਰਟ ਵਿਕਣ ਲੱਗ ਜਾਏ ਨਾ, ਆਹ ਕੱਪੜਾ ਮਾਰਕੀਟ 'ਚ ਖੜੇ ਹਾਂ, ਜਿਹੜੀ ਕੰਪਨੀ ਦੀ ਟੀ ਸ਼ਰਟ ਵਿਕਣ ਲੱਗ ਜਾਏ, ਨਵੇਂ ਪ੍ਰਿੰਟ ਕੱਢਦੀ ਹੈ ਫਿਰ ਉਹ। ਸੋ ਇਸ ਕਰਕੇ ਜੇ ਤੁਸੀਂ ਮੇਰਾ ਹੌਸਲਾ ਵਧਾ ਦਿਓਗੇ, ਕਿਉਂਕਿ ਮੈਂ ਪੈਸੇ ਤਾਂ ਮੈਂ ਕਮਾਉਣੇ ਨਹੀਂ, ਪੈਸੇ ਵਾਲੇ ਪਾਸੇ ਜਾਂ ਕਰਪਸ਼ਨ ਵਾਲੇ ਪਾਸੇ ਤਾਂ ਮੈਂ ਜਾਣਾ ਨਹੀਂ, ਮੈਂ ਤਾਂ ਦਿਨ ਰਾਤ ਤੁਹਾਡੇ 'ਤੇ ਹੀ ਹਾਂ, ਤੁਹਾਡੇ ਕਰਕੇ ਹਾਂ, ਤੁਹਾਡੇ ਵਾਸਤੇ ਹਾਂ। ਸੋ ਵੀਰੋ ਰਾਜਕੁਮਾਰ ਚੱਬੇਵਾਲ ਜੀ, ਇਹ ਵੀ ਧਰਤੀ ਤੋਂ ਉੱਠੇ ਹੋਏ ਬੰਦੇ ਹੈ, ਡਾਕਟਰ ਸਾਹਿਬ ਜ਼ਮੀਨ ਤੋਂ ਉੱਠ ਕੇ ਆਇਆ, ਮਿਹਨਤ ਕਰਕੇ ਆਇਆ, ਆਮ ਘਰ ਤੋਂ ਗਰੀਬ ਘਰ 'ਚੋਂ ਆਇਆ। ਇਹੋ ਜਿਹੇ ਬੰਦਿਆਂ ਨੂੰ ਜਦੋਂ ਪਾਰਲੀਮੈਂਟ ਭੇਜਾਂਗੇ, ਜਿਨ੍ਹਾਂ ਨੇ ਗਰੀਬੀਆਂ ਆਪਣੇ ਪਿੰਡਾਂ 'ਤੇ ਹੰਢਾਈਆਂ ਹੋਈਆਂ ਨੇ, ਤਾਂ ਫਿਰ ਉਹ ਇਹੋ ਜਿਹੇ ਕਾਨੂੰਨ ਹੀ ਬਣ ਕੇ ਆਉਣਗੇ। ਸੋ ਤੁਹਾਡੇ ਵਾਸਤੇ ਸੋ ਸੀ ਅਕਾਲ। ਸੋ ਇੱਕ ਵਾਰੀ ਮੈਂ ਕਹੂੰਗਾ ਕਿ ਪੰਜਾਬ ਬਣੇਗਾ ਹੀਰੋ, ਤੁਸੀਂ 2 ਵਾਰੀ ਕਹਿਣਾ 13-0 ਪੰਜਾਬ ਬਣੇਗਾ ਹੀਰੋ, ਇਸ ਵਾਰੀ ਪੰਜਾਬ ਬਣੇਗਾ ਹੀਰੋ। ਸੋ ਵੀਰੋ ਆਹੀ ਹੌਸਲਾ ਜਿਹੜਾ ਸਾਨੂੰ ਥੱਕਣ ਨਹੀਂ ਦਿੰਦਾ, ਆਹੀ ਹੌਸਲਾ ਜਿਹੜਾ ਸਾਡੀਆਂ ਥਕਾਵਟਾਂ ਦੂਰ ਕਰਦਾ। ਸੋ ਵੀਰੋ ਜਦੋਂ ਮਰਜ਼ੀ ਬੁਲਾ ਲਿਓ, ਆਹ ਪਿੱਪਲਾਂ ਬੋੜਾ ਥੱਲੇ ਜਦੋਂ ਮਰਜ਼ੀ ਮੈਨੂੰ ਬੁਲਾ, ਆਹ ਜਿਹੜਾ ਪਿੱਪਲ ਹੈ ਇਹ ਕਿਉਂ ਕਾਇਮ ਹੈ? ਇਹਦੀ ਉਮਰ ਹੋਣੀ 100 ਸਾਲ ਤੋਂ ਉੱਪਰ, ਇਹ ਕਾਇਮ ਕਿਉਂ ਹੈ? ਇਹਨੇ ਬੜੀਆਂ ਹਨੇਰੀਆਂ ਝੱਖੜ ਤੂਫਾਨ ਝੱਲੇ ਹੋਣੇ, ਕਾਰਨ ਕੀ ਹੈ ਇਹਦੇ ਇੱਥੇ ਖੜੇ ਰਹਿਣ ਦਾ? ਕਿਉਂਕਿ ਇਹਦੀਆਂ ਜੜ੍ਹਾਂ ਕਾਇਮ ਨੇ, ਇਹ ਜੜ੍ਹਾਂ ਨਾਲ ਜੁੜਿਆ ਹੋਇਆ, ਇਹ ਧਰਤੀ ਨਾਲ ਜੁੜਿਆ ਹੋਇਆ। ਇਸ ਕਰਕੇ ਜਿਹੜੇ ਲੀਡਰ ਜਾਂ ਜਿਹੜੇ ਕੋਈ ਕਲਾਕਾਰ ਥੋੜ੍ਹਾ ਜਿਹਾ ਮਸ਼ਹੂਰ ਹੋ ਕੇ ਆਪਣੀਆਂ ਜੜ੍ਹਾਂ ਛੱਡ ਦਿੰਦੇ ਨੇ, ਜਾਂ ਜਿਨ੍ਹਾਂ ਲੋਕਾਂ ਨੇ ਉਹਨੂੰ ਬਣਾਇਆ ਹੁੰਦਾ ਉਹਨਾਂ ਨੂੰ ਭੁੱਲ ਜਾਂਦੇ ਨੇ, ਫਿਰ ਉਹਨਾਂ ਦਾ ਗਮਲਿਆਂ ਵਾਲੇ ਜਿਹੜੇ ਬੂਟੇ ਹੁੰਦੇ ਨੇ ਉਹਨਾਂ ਦਾ ਹਾਲ ਹੁੰਦਾ। ਜੇ ਪਿੱਪਲ ਨੇ ਉਹ ਪਿੱਪਲ ਦੇ ਪੱਤੇ ਆਵੇ,
ਪਿੱਪਲ ਦੇ ਪੱਤਿਆਂ ਵੇ ਕਾਹਦੀ ਖੜ 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 ਲਾਈ ਹੈ, ਪੱਤ ਝੜ ਗਏ ਪੁਰਾਣੇ ਪੰਜਾਬ ਵਾਲੇ, ਉਹ ਰੁੱਤ ਨਵਿਆਂ ਦੀ ਆਈ ਹੈ, ਰੁੱਤ ਨਵਿਆਂ ਦੀ ਆਈ ਹੈ, ਰੁੱਤ ਨਵਿਆਂ ਦੀ ਆਈ ਹੈ। ਦੋਨੋਂ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ, ਇਨਕਲਾਬ। ਇੱਥੇ ਫਿਰਦੇ ਹੋਣੇ, ਉਹਨਾਂ ਦੇ ਘਰ ਵੀ ਇੱਥੇ ਨੇ, ਬੀਜੇਪੀ ਵਾਲਿਆਂ ਦੇ, ਕਾਂਗਰਸ ਵਾਲਿਆਂ ਦੇ। ਥੋੜ੍ਹਾ ਤਾਂ ਚੱਕਦੇ ਹੋ ਆਵਾਜ਼, ਪਿੱਪਲ ਦੇ ਪੱਤਿਆਂ ਨੂੰ ਤਾਂ ਪਤਾ ਲੱਗੇ ਵੀ ਇਹ ਪਿੱਪਲ ਵੀ ਕਹੇ। ਮੈਂ ਇੱਕ ਹੋਰ ਇਨਕਲਾਬ ਦੇਖਿਆ ਹੋਇਆ, ਇਨਕਲਾਬ ਇਨਕਲਾਬ ਬੋਲੇ ਸੋਨਿਆਲ। ਦੋ ਮਿੰਟ ਲਈ ਮੈਂ ਚੱਬੇਵਾਲ ਸਾਹਿਬ ਨੂੰ ਕਹੂੰਗਾ, ਇੱਕ ਤਾਂ ਤੁਹਾਡੇ ਚੱਲੇ ਹੋਏ ਹਰ ਕਦਮ ਦਾ ਧੰਨਵਾਦ ਕਰਨ ਤੇ ਨਾਲ ਵਿਚਾਰ ਵਟਾਂਦਰਾ ਵੀ ਕਰਨ। ਸੀਐਮ ਸਾਹਿਬ, ਇਹ ਲੋਕਾਂ ਦਾ ਠਾਠਾ ਮਾਰਦਾ ਇਕੱਠ, ਲੋਕਾਂ ਦਾ ਪਿਆਰ। ਸੀਐਮ ਸਾਹਿਬ, ਤੁਹਾਡੀ ਇਮਾਨਦਾਰੀ ਦਾ, ਤੁਹਾਡੀ ਬਹਾਦਰੀ ਦਾ ਔਰ ਤੁਹਾਡੇ ਪਿਆਰ ਦਾ ਇਹ ਪ੍ਰਤੀਕ ਹੈ ਸੀਐਮ ਸਾਹਿਬ। ਔਰ ਮੈਂ ਧੰਨਵਾਦ ਕਰਦਾ ਆਪਣੇ ਸਾਰੇ ਸਾਥੀਆਂ ਦਾ, ਸੰਗਠਨ ਦਾ, ਜਿਨ੍ਹਾਂ ਦਾ ਵਿਸ਼ੇਸ਼ ਸਹਿਯੋਗ ਰਿਹਾ। ਔਰ ਮਾਨ ਸਾਹਿਬ, ਤੁਸੀਂ ਸਭ ਤੋਂ ਵੱਡੀ ਪ੍ਰਾਪਤੀ ਕੀਤੀ ਹੈ ਤੁਸੀਂ, ਜਿਹੜੀਆਂ ਮਾਨ ਸਾਹਿਬ 43,000 ਨੌਕਰੀਆਂ ਦਿੱਤੀਆਂ। ਮਾਨ ਸਾਹਿਬ, 2.5 ਲੱਖ ਲੋਕ ਬਾਹਰ ਜਾਣੇ ਸੀ, ਉਹ ਬਚਾ ਲਏ ਤੁਸੀਂ, ਉਹ ਸਭ ਤੋਂ ਵੱਡੀ ਜਿਹੜੀ ਪ੍ਰਾਪਤੀ ਹੈ ਇਹ ਪ੍ਰਾਪਤੀ। ਔਰ ਦੂਸਰੀ ਪ੍ਰਾਪਤੀ ਜਿਹੜੀ ਹੈ, ਜੀਰੋ ਬਿੱਲ ਆ ਗਏ, ਭਗਵੰਤ ਮਾਨ ਛਾ ਗਏ। ਸੋ ਤੀਸਰੀ, ਮਾਨ ਸਾਹਿਬ, ਮੈਂ ਆਪ ਜੀ ਨੂੰ ਬੇਨਤੀ ਕਰਨੀ ਚਾਹੁੰਦਾ, ਮਾਨ ਸਾਹਿਬ ਮੈਂ ਲੋਕਾਂ ਦੀ ਬੇਨਤੀ ਆਪ ਜੀ ਨੂੰ ਕਰਨੀ ਚਾਹੁੰਦਾ, ਸਾਡੇ ਫਗਵਾੜੇ ਦੀ ਬਹੁਤ ਦੇਰ ਤੋਂ ਮੰਗ ਹੈ, ਫਗਵਾੜੇ ਨੂੰ ਜ਼ਿਲ੍ਹਾ ਬਣਾ ਦਿਓ। ਸੋ ਮੈਨੂੰ ਪੂਰੀ ਉਮੀਦ ਹੈ ਕਿ ਮਾਨ ਸਾਹਿਬ ਕਦੇ ਵੀ ਕਿਸੇ ਵੀ ਬੇਨਤੀ ਨੂੰ ਠਕਰਾਉਂਦੇ ਨਹੀਂ। ਸੋ ਆਪ ਜੀ ਦੀ ਜਿਹੜੀ ਜੋ ਵੀ ਬੇਨਤੀਆਂ ਕੀਤੀਆਂ ਉਹ ਸਾਕਾਰ ਹੋਣਗੀਆਂ। ਬਹੁਤ ਬਹੁਤ ਧੰਨਵਾਦ, ਜੈ ਹਿੰਦ, ਇਨਕਲਾਬ ਜਿੰਦਾਬਾਦ। ਆਰਾਮ ਨਾਲ ਜਾਇਓ, ਹੌਲੀ ਜਾਇਓ, ਮਾਵਾਂ ਭੈਣਾਂ ਨੇ, ਬਜ਼ੁਰਗ ਵੀ ਨੇ, ਬੱਚੇ ਵੀ ਨੇ, ਮੈਨੂੰ ਜਦੋਂ ਮਰਜ਼ੀ ਬੁਲਾ ਲਿਓ।